ਕੀ ਨਾਮ ਹੈ ਤੁਹਾਡਾ ਤੇ ਕੀ ਮਸਲਾ ਹੈਗਾ? ਮੇਰਾ ਨਾਮ ਸਵਰਾਜ ਸਿੰਘ ਹੈ ਜੀ। ਕੀ ਕੰਮ ਕਰਦੇ ਹੋ? ਅਸੀਂ ਸਬਜ਼ੀ ਮੰਡੀ 'ਚ ਕੰਮ ਕਰਦੇ ਹਾਂ। ਕੀ ਮਾਮਲਾ ਕੀ? ਮਾਮਲਾ ਇਹ ਹੈ ਜੀ ਵੀ ਇੱਕ ਤਾਂ ਇੱਥੋਂ 3100 ਰੁਪਿਆ ਪਰਚੀ ਮੰਥਲੀ ਪਰ ਅੱਡੇ ਤੋਂ ਲਈ ਜਾਂਦੀ ਹੈ 243 ਅੱਡੇ ਨੇ। ਕੌਣ ਲੈਂਦਾ ਜੀ? ਇਹ ਮਾਰਕੀਟ ਕਮੇਟੀ ਲੈਂਦੀ ਹੈ, ਸਰਕਾਰੀ ਫੀਸ ਹੈ ਅੱਡੇ ਦੀ 100 ਰੁਪਏ ਡੇਲੀ ਦਾ। ਇੱਥੋਂ ਚੌਕੀਦਾਰੀ ਇਕੱਠੀ ਕਰਦੇ ਆ ਜੋ ਸਾਨੂੰ ਕਰਕੇ ਦੇਣੀ ਪੈਂਦੀ ਹੈ, ਦੋ ਚੌਕੀਦਾਰ ਰੱਖੇ ਹੋਏ ਨੇ। ਠੀਕ ਹੈ ਜੀ। ਉਹ ਸਾਡੀ ਇਹ ਮੰਗ ਰਹੇ ਵੀ ਜਿਹੜਾ 3100 ਰੁਪਏ ਜਾਂਦਾ ਉਸੇ ਚੋਂ ਮਾਰਕੀਟ ਕਮੇਟੀ ਆਪਣੇ ਆ ਫੀਸ ਦੇਵੇ ਇਹਨਾਂ ਨੂੰ ਚੌਕੀਦਾਰਾਂ ਨੂੰ, ਚਾਹੇ ਇੱਕ ਰੱਖਣ ਚਾਹੇ ਦੋ ਰੱਖਣ। ਉਹ ਸਾਡਾ ਟਾਈਮ ਖਰਾਬ ਹੁੰਦਾ ਹੈ, ਕੱਲ ਨੂੰ ਲੋਕ ਗੱਲਾਂ ਕਰਦੇ ਜੀ ਉਹ ਖਾ ਗਿਆ ਜੀ ਉਹ ਖਾ ਗਿਆ, ਅਸੀਂ ਨਹੀਂ ਪੈਸੇ ਇਕੱਠੇ ਕਰਾਂਗੇ, ਚੌਕੀਦਾਰ ਇਹ ਆਪਣੇ ਆਪ ਦੇਣ। ਠੀਕ ਹੈ ਜੀ। ਇੱਕ ਤਾਂ ਇਹ ਚੀਜ਼ ਹੈ। ਕਿੰਨੇ ਅੱਡੇ ਤੋਂ ਲੈਂਦੇ ਜੀ? ਇਹ 243 ਅੱਡੇ ਆ ਜੀ, ਉੱਥੇ ਤੁਸੀਂ ਉੱਥੇ ਪਤਾ ਕਰ ਲਿਓ, ਸੈਕਟਰੀ ਸਾਹਿਬ ਨਾਲ ਗੱਲ ਕਰ ਲਿਓ। ਕਿੰਨੇ ਚੌਕੀਦਾਰਾਂ ਦੀ? ਚੌਕੀਦਾਰਾਂ ਦੀ ਤਨਖਾਹ 9000 ਰੁਪਈਆ ਜੀ। 9000? ਹਾਂਜੀ ਹਾਂਜੀ। ਤੁਸੀਂ ਤਾਂ ਆਪਦੇ ਇਕੱਠੇ ਕਰਕੇ ਦਿੰਦੇ ਸੀ? ਇੱਥੋਂ ਮੰਡੀ ਵਾਲੇ ਸਾਰੇ ਇਕੱਠੇ ਕਰਕੇ ਦੇ ਰਹੇ ਆ। ਹਾਂਜੀ ਹਾਂਜੀ। ਦੱਸੋ ਤੇ ਨੰਬਰ 2 ਆ, ਕੱਲ ਫੇਰ ਚੋਰੀ ਦਾ ਮਸਲਾ ਹੋਇਆ ਜੀ, ਇੱਕ ਮੋਟਰਸਾਈਕਲ ਚੋਰੀ ਹੋਇਆ ਪਰਸੋਂ। ਉਹ ਹੋ ਗਏ 2 ਤੇ ਇੱਕ ਹੁਣੇ ਤੁਸੀਂ ਮੰਡੀ 'ਚੋਂ ਕੀਤਾ, ਵਾਈਟ ਕੀਤੀ ਹੈ ਚੋਰੀ ਦੀ। ਇੱਥੇ ਚੋਰੀਆਂ ਰੋਜ਼ ਹੁੰਦੀਆਂ। ਇੱਕ ਇਹ ਸਾਡੀ ਕੈਮਰਿਆਂ ਦੀ ਮੰਗ ਹੈ ਜੀ, ਮੰਡੀ ਦੇ ਵਿੱਚ ਕੈਮਰੇ ਲਵਾਏ ਜਾਣ। ਠੀਕ ਹੈ, ਉਹ ਪ੍ਰਸ਼ਾਸਨ ਤੋਂ ਇਹ ਮੰਗ ਹੈ। ਤੁਸੀਂ ਆਪਦੇ ਮੰਡੀ ਦੀ ਸਮੱਸਿਆ ਦੱਸੀ, ਤੁਸੀਂ ਮਾਰਕੀਟ ਕਮੇਟੀ ਦੇ ਸੈਕਟਰੀ ਨੂੰ ਜਾਂ ਡੀਐਮ ਸਾਨੂੰ ਮਿਲਿਆ? ਸੈਕਟਰੀ ਸਾਹਿਬ ਕੋਲ ਗਏ ਸੀ, ਉਹਨਾਂ ਨੂੰ ਕਿਹਾ ਸੀਗਾ ਵੀ ਸਾਨੂੰ ਚੌਕੀਦਾਰ ਇੱਧਰੋਂ ਦਿਓ। ਉਹ ਕਹਿੰਦੇ ਕਿਉਂਕਿ ਪਹਿਲਾਂ ਇੱਕ ਚੌਕੀਦਾਰ ਉੱਧਰੋਂ ਸੀਗਾ, ਹੁਣ ਇੱਕ ਚੌਕੀਦਾਰ ਤਨਖਾਹ ਉੱਧਰੋਂ ਪੈਂਦੀ ਸੀ ਕਾਂਗਰਸ ਵੇਲੇ। ਠੀਕ ਹੈ, ਉਸ ਤੋਂ ਬਾਅਦ ਇਹਨਾਂ ਨੇ ਬੰਦ ਕਰਤੀ ਸੈਕਟਰੀ ਸਾਹਿਬ ਨੇ। ਮੈਂ ਗਿਆ ਸੀ, ਮੈਂ ਕਿਹਾ ਜੀ ਸਾਡੇ ਤੋਂ ਨਾ ਤਾਂ ਇੰਨਾ ਟਾਈਮ ਹੁੰਦਾ, ਸਾਨੂੰ ਕੰਮ ਛੱਡਣਾ ਪੈਂਦਾ, ਵੀ ਨਾ ਹੀ ਸਾਰੇ ਸਾਨੂੰ ਦਿੰਦੇ ਆ ਚੌਕੀਦਾਰਾਂ ਜਲਦੀ ਇਕੱਠਾ ਕਰਕੇ। ਠੀਕ ਹੈ, ਉਹ ਕਹਿੰਦੇ ਸਾਡੇ ਕੋਲ ਪ੍ਰਾਵਧਾਨ ਹੈ ਨਹੀਂ ਕੋਈ, ਅਸੀਂ ਗੱਲ ਕਰਾਂਗੇ, ਪਰ ਉਹਨਾਂ ਨੇ ਸਾਡੀ ਗੱਲ ਦੀ ਕੋਈ ਪੁਸ਼ਟੀ ਨਹੀਂ ਕੀਤੀ, ਸਾਨੂੰ ਕੋਈ ਜਵਾਬ ਨਹੀਂ ਦਿੱਤਾ ਜੀ। ਸੁਮਨ ਸ਼ਰਮਾ ਜੀ ਮੇਰਾ ਨਾਮ, ਮੈਂ ਮੰਡੀ ਦੇ ਵਿੱਚ ਅੱਡਾ ਲਾਉਂਦੀ ਹੈਗੀ ਸਬਜ਼ੀ ਦਾ, ਅਤੇ ਗੱਲ ਇੱਦਾਂ ਹੈਗੀ ਹੈ, ਜਿਹੜੀਆਂ ਚੋਰੀਆਂ ਜੀ ਬਾਈ ਸਾਹਿਬ ਨੇ ਕਿਹਾ ਉਹ ਸੱਚਮੁੱਚੀ ਹੈ ਜੀ? ਪਰਸੋਂ ਹੀ ਇੱਕ ਵਹੀਕਲ ਚੋਰੀ ਹੋਇਆ, ਉਦੋਂ ਪਹਿਲਾਂ 2 ਦਿਨ ਪਹਿਲਾਂ ਪੁਲਿਸ ਵਾਲੇ ਦਾ ਵਹੀਕਲ ਚੋਰੀ ਹੋਇਆ। ਇੱਕ ਤਾਂ ਉਹਦੀ ਮੰਗ ਹੈ ਜੀ, ਕੈਮਰੇ ਬਾਈ ਜੀ ਨੇ ਕਿਹਾ ਵਾਕਈ ਕੈਮਰੇ ਲਾਉਣ ਦੇ ਹੱਕਦਾਰ, ਜਿਹੜੀਆਂ ਦੁਕਾਨਾਂ ਤੇ ਲੱਗੇ ਓਨਲੀ ਆਪਣੀਆਂ ਦੁਕਾਨਾਂ ਵਾਸਤੇ ਹੀ ਹੈ, ਹੋਰ ਕਿਸੇ ਵਾਸਤੇ ਨਹੀਂ ਕੈਮਰੇ ਹੈਗੇ। ਉਹਨਾਂ ਦੀ ਇਹ ਜ਼ਰੂਰੀ ਹੈ, ਕੱਲ੍ਹ ਨੂੰ ਸਾਡੇ ਵੀ ਵਹੀਕਲ ਖੜੇ ਹੈ ਜੀ, ਹੁਣ ਅਸੀਂ ਕੰਮ ਕਰਾਂਗੇ ਕਿ ਵਹੀਕਲਾਂ ਦੀ ਉਹ ਕਰਾਂਗੇ। ਦੂਜੀ ਮੰਗ ਹੈ ਜਿਹੜੀ ਬਾਈ ਸਾਹਿਬ ਨੇ ਕਿਹਾ ਚੌਂਕੀਦਾਰੀ, ਇਹ ਵਾਕਈ ਹੈ ਜੀ, ਕਮੇਟੀ ਜਦੋਂ ਕਿਰਾਇਆ ਲੈ ਰਹੀ ਹੈ ਸਾਰਿਆਂ ਤੋਂ, ਉਹ ਹੱਕਦਾਰ ਹੈ ਕਮੇਟੀ ਇਹਦਾ ਕਿਰਾਇਆ ਮਤਲਬ ਚੌਂਕੀਦਾਰ ਰੱਖਣ ਦੀ, ਕਿਉਂਕਿ ਚੌਂਕੀਦਾਰੀ ਕਾਹਦੀ ਹੈ ਜੀ ਜਦੋਂ ਸਾਡੇ ਅੱਡੇ ਲੱਗ ਰਹੇ ਆ, ਅੱਡਿਆਂ ਦੇ ਕਮੇਟੀ ਸਾਡੇ ਤੋਂ ਲੈ ਕੇ ਜਾਂਦੀ 3100 ਰੁਪਇਆ, ਉਹ ਹੱਕਦਾਰ ਹੈ ਜੀ ਦੇਣ ਦੇ ਪੈਸੇ। ਇੱਕ ਰਿਟੇਲ ਮੰਡੀ ਦੇ ਵਿੱਚ ਚੌਂਕੀਦਾਰ ਨੂੰ ਲੈ ਕੇ ਇਸ਼ੂ ਹੋਇਆ ਅਤੇ ਕੁਛ ਜਿਹੜੇ ਵੀ ਕੈਮਰੇ ਨੂੰ ਲੈ ਕੇ ਪ੍ਰੋਬਲਮ ਆ ਰਹੀ ਹੈਗੀ, ਇਹਨੂੰ ਬਾਰੇ ਤੁਹਾਡਾ ਕੀ ਕਹਿਣਾ? ਦੇਖੋ ਜੀ, ਰਿਟੇਲ ਮੰਡੀ ਦੇ ਵਿੱਚ ਜਿਹੜੇ ਚੌਂਕੀਦਾਰ ਨੇ ਇਹ ਸਾਡੇ ਮਹਿਕਮੇ ਵੱਲੋਂ ਮਾਰਕੀਟ ਕਮੇਟੀ ਵੱਲੋਂ ਨਹੀਂ ਪ੍ਰੋਵਾਈਡ ਕੀਤੇ ਜਾ ਸਕਦੇ। ਇਹ ਜਦੋਂ ਪ੍ਰੋਜੈਕਟ ਸ਼ੁਰੂ ਹੋਇਆ ਸੀ ਕੁਛ ਟਾਈਮ ਲਈ ਮਹਿਕਮੇ ਨੇ ਅਲਾਓ ਕੀਤਾ ਸੀ, ਉਹਨਾਂ ਟਾਈਮ ਅਸੀਂ ਆਪਦੇ ਦਫ਼ਤਰ ਵੱਲੋਂ ਚੌਂਕੀਦਾਰ ਪ੍ਰੋਵਾਈਡ ਕੀਤੇ ਸੀ, ਉਸ ਤੋਂ ਬਾਅਦ ਇਹ ਬੰਦ ਹੋ ਗਏ ਸੀ। ਹੁਣ ਜੇ ਚੌਂਕੀਦਾਰ ਇਹਨਾਂ ਦੇ ਰੱਖਣਾ ਜਾਂ ਰੱਖ ਰਹੇ ਨੇ ਤਾਂ ਇਹ ਆਪਦੇ ਲੈਵਲ 'ਤੇ ਕਰ ਰਹੇ ਨੇ, ਕਰ ਵੀ ਰਹੇ ਨੇ ਜਿੱਦਾਂ। ਅਤੇ ਸੈਕਿੰਡ ਜਿਹੜੇ ਤੁਸੀਂ ਕੈਮਰਿਆਂ ਦੀ ਗੱਲ ਕਰਦੇ ਹੋ ਜੀ, ਕੈਮਰਿਆਂ ਦੇ ਸੰਬੰਧ 'ਚ ਅਸੀਂ ਇੱਕ ਪ੍ਰਪੋਜ਼ਲ ਹੈੱਡ ਆਫਿਸ ਨੂੰ ਭੇਜੀ ਹੋਈ ਹੈ, ਜੇ ਜਦੋਂ ਹੀ ਉੱਥੋਂ ਪ੍ਰਵਾਨਗੀ ਆ ਗਈ ਅਸੀਂ ਕੈਮਰੇ ਜਿਹੜੇ ਉਹ ਲਵਾ ਲਾਂਗੇ। ਸਾਡੀ ਜਿਹੜੀ ਇੱਥੇ ਯੂਜ਼ਰ ਚਾਰਜ ਦੀ ਪਰਚੀ ਬਣਦੀ ਹੈ ਇੱਕ ਫੜੀ ਦੀ 3300 ਰੁਪਏ ਹੈਗੀ ਹੈ, ਉਹਦੇ ਵਿੱਚ ਸਾਡੇ ਇਕੱਲੇ ਯੂਜ਼ਰ ਚਾਰਜ ਦੇ ਚਾਰਜਸ ਨੇ। ਜੇ ਕੋਈ ਚੌਂਕੀਦਾਰ ਦੀ ਹੈਗੀ ਇਹ ਆਪਦੇ ਲੈਵਲ 'ਤੇ ਕੋਈ ਰੱਖਦੇ ਨੇ ਇਹ, ਤਾਂ ਉਹ ਇਹਨਾਂ ਦਾ ਆਪਣਾ ਮਸਲਾ ਗਾ, ਉਹ ਸਾਡੇ ਨਾਲ ਕੋਈ ਉਹਦਾ ਸੰਬੰਧ ਨਹੀਂ ਹੈ। ਸਾਡੀ ਜਿਹੜੀ ਫੀਸ ਹੈ ਨਰੋਲ, ਉਹ 3300 ਰੁਪਈਆ ਯੂਜ਼ਰ ਚਾਰਜ ਦੇ ਵਜੋਂ ਅਸੀਂ ਵਸੂਲੀ ਕਰਦੇ।